ट्रक ਆਪਰੇਟਰ ਯੂਨੀਅਨ ਫਿਲੌਰ ਵੱਲੋਂ ਲੋਕਲ ਟਰੱਕ ਯੂਨੀਅਨ ਦੇ ਟਰੱਕਾਂ ਦੀ ਜਗ੍ਹਾ ਤੇ ਬਾਹਰਲੇ ਟਰੱਕਾਂ ਨੂੰ ਫੈਕਟਰੀ ਵਿੱਚ ਕੰਮ ਦੇਣ ਦੇ ਰੋਸ ਵਜੋਂ ਪੈਪਸੀ ਫੈਕਟਰੀ ਦੇ ਖਿਲਾਫ ਧਰਨਾ ਦਿੱਤਾ ਗਿਆ। ਇਸ ਧਰਨੇ ਨੂੰ ਭਾਰਤੀ ਕਿਸਾਨ ਯੂਨੀਅਨ ਦੁਆਬਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਵੀ ਸਮਰਥਨ ਦਿੰਦਿਆਂ ਇਸ ਧਰਨੇ ਵਿੱਚ ਸ਼ਮੂਲੀਅਤ ਕੀਤੀ ਗਈ। ਧਰਨੇ ਨੂੰ ਸੰਬੋਧਨ ਕਰਦੇ ਅਮਰੀਕ ਸਿੰਘ, ਭਾਰ ਸਿੰਘ ਪੁਰੀ, ਸੰਤੋਖ ਸਿੰਘ ਸੰਧੂ, ਮਹਾ ਸਿੰਘ ਰਸੂਲਪੁਰ, ਜਰਨੈਲ ਸਿੰਘ ਤੋਂ ਇਲਾਵਾ ਹੋਰਨਾਂ ਬੁਲਾਰੇ ਨੇ ਆਖਿਆ ਕਿ ਜੇਕਰ ਟਰੱਕ ਯੂਨੀਅਨ ਦੀਆਂ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਹਾਈਵੇ ਜਾਮ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਫੈਕਟਰੀ ਦੀ ਇਸ ਧੱਕੇਸ਼ਾਹੀ ਨੂੰ ਟਰੱਕ ਯੂਨੀਅਨ ਅਤੇ ਕਿਸਾਨ ਯੂਨੀਅਨ ਬਰਦਾਸ਼ਤ ਨਹੀਂ ਕਰੇਗੀ। ਅੱਜ ਮੇਰੇ ਹਿਸਾਬ ਨਾਲ ਜੋ ਮੇਰੇ ਮਨ ਨੂੰ ਲੱਗਦਾ ਉਹ 80% ਸਾਡਾ ਮਸਲਾ ਹੱਲ ਕਰਵਾਤਾ ਇਹਨਾਂ ਨੇ। ਬਾਕੀ ਸਾਨੂੰ ਡਿਪਟੀ ਸਾਹਿਬ ਨੇ ਔਰ ਪ੍ਰਸ਼ਾਸਨ ਨੇ ਵਿਸ਼ਵਾਸ ਦਵਾਇਆ ਵੀ SDM ਸਾਹਿਬ ਨੇ ਬੁੱਧਵਾਰ ਨੂੰ 11 ਵਜੇ ਸਾਨੂੰ ਬੁਲਾਇਆ ਵੱਖ ਵੱਖ ਫੈਕਟਰੀਆਂ ਨੂੰ, ਪਾਰਲੇ ਵਾਲਿਆਂ ਨੂੰ, ਬ੍ਰੈਡ ਫੈਕਟਰੀ ਨੂੰ, ਕ੍ਰਿਮਕਾ ਵਾਲਿਆਂ ਨੂੰ ਔਰ ਪੈਪਸੀ ਵਾਲਿਆਂ ਨੂੰ, ਸਾਰਿਆਂ ਨੂੰ ਬੁਲਾਇਆ। ਉਦਣ ਸਾਡਾ ਜੋ ਵੀ ਰੇਟ ਦਾ ਜਾਂ ਕੋਈ ਗੱਡੀਆਂ ਦਾ ਜੋ ਵੀ ਆ ਸਾਡਾ ਬਹਿ ਕੇ ਮਸਲਾ ਹੱਲ ਹੋ ਜੂਗਾ। ਸੰਯੁਕਤ ਮੋਰਚੇ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਅੱਜ ਆਪਣੇ ਟਰੱਕ ਆਪਰੇਟਰਾਂ ਦਾ, ਟਰੱਕ ਯੂਨੀਅਨ ਦਾ, ਉਹਨਾਂ ਦੇ ਡਰਾਈਵਰ ਭਾਈਚਾਰੇ ਦਾ, ਅਸੀਂ ਸਾਰੇ ਸਪੋਰਟ ਦੇ ਵਿੱਚ ਆਏ ਹਾਂ ਕਿਉਂਕਿ 8 ਦਿਨਾਂ ਤੋਂ ਲਗਾਤਾਰ ਇਹ ਆਪਣੇ ਹੱਕਾਂ ਲਈ ਜੂਝ ਰਹੇ ਆ, ਲੜ ਰਹੇ ਆ, ਕਿਉਂਕਿ ਇੱਥੋਂ ਦੀ ਮੈਨੇਜਮੈਂਟ ਜਿਹੜੀ ਉਹ ਟਸ ਤੋਂ ਮਸ ਨਹੀਂ ਸੀ ਹੋ ਰਹੀ। ਅੱਜ ਅਸੀਂ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਫੈਸਲਾ ਕਰਕੇ ਇਹਨਾਂ ਦੀ ਸਪੋਰਟ ਦੇ ਵਿੱਚ ਆਏ ਹਾਂ ਔਰ ਅਸੀਂ ਅੱਜ ਐਲਾਨ ਕੀਤਾ ਸੀ ਵੀ ਅਸੀਂ ਹਾਈਵੇ ਜਿਹੜਾ ਉਹ ਜਾਮ ਕਰਾਂਗੇ ਜੇ ਸਾਡਾ 2 ਵਜੇ 'ਤੇ ਕੋਈ ਹੱਲ ਇੱਥੋਂ ਦੀ ਮੈਨੇਜਮੈਂਟ ਨਹੀਂ ਕਰਦੀ। ਪਰ ਉਹ DSP ਸਾਹਿਬ ਜਾਂ SDM ਸਾਹਿਬ ਉਹਨਾਂ ਨੇ ਵਿੱਚ ਪੈ ਕੇ, ਕਿਉਂਕਿ ਸਾਡੀ ਹੁਣ ਇਕੱਲੀ ਲੜਾਈ ਪੈਪਸੀ ਨਾਲ ਨਹੀਂ ਹੈ, ਸਾਡੀ ਇਲਾਕੇ ਦੇ ਫਲੋਰ ਏਰੀਏ ਦੇ ਵਿੱਚ ਜਿੰਨੀਆਂ ਵੀ ਫੈਕਟਰੀਆਂ ਕੰਮ ਕਰਦੀਆਂ, ਚਾਹੇ ਉਹ ਕ੍ਰਿਮਕਾ ਹੋਵੇ, ਚਾਹੇ ਉਹ ਪਾਰਲੇ ਹੋਵੇ, ਚਾਹੇ ਹੋਰ ਕੋਈ ਫੈਕਟਰੀ ਹੋਵੇ, ਉਹਨਾਂ ਸਾਰੀਆਂ ਫੈਕਟਰੀਆਂ ਦੇ ਖਿਲਾਫ਼ ਜਿਹੜੀ ਢੋਆ ਢਵਾਈ ਦਾ ਬਾਹਰੋਂ ਟਰੱਕ ਲਿਆ ਕੇ ਉਹ ਢੋਆ ਢਾਈ ਕਰ ਰਹੇ ਆ, ਅਸੀਂ ਉਹ ਬਿਲਕੁਲ ਹੋਣ ਨਹੀਂ ਦੇਣੀ। ਅਸੀਂ ਜਿਹੜੀ ਸਾਡੀ ਟਰੱਕ ਯੂਨੀਅਨ ਜਿਹੜੀ ਆ ਫਲੋਰ ਦੀ ਆ, ਜਦੋਂ ਸਾਡੇ ਸਾਥੀਆਂ ਨੇ ਟੈਂਡਰ ਭਰੇ ਆ, ਇਹਨਾਂ ਦਾ ਹੱਕ ਬਣਦਾ ਔਰ ਇਹਨਾਂ ਦਾ ਹੱਕ ਲੈ ਕੇ ਦੇਵਾਂਗੇ। ਫਾਈਨਲ ਡਿਸੀਜਨ ਇਹ ਆ ਵੀ ਅੱਜ ਦੇ ਪ੍ਰੋਗਰਾਮ ਜਿਹੜਾ ਅਸੀਂ ਹਾਈਵੇ ਜਾਮ ਕਰਨਾ ਸੀ ਉਹ SDM ਸਾਹਿਬ ਦੇ ਕਹਿਣ 'ਤੇ, DSP ਦੇ ਸਾਹਿਬ ਕਹਿਣ 'ਤੇ ਅਸੀਂ ਉਹਨੂੰ ਪਿੱਛੇ ਕੀਤਾ ਪਰਸੋਂ ਤਾਈਂ, ਕਿਉਂਕਿ ਪਰਸੋਂ ਦੀ SDM ਸਾਹਿਬ ਨੇ ਸਾਰੀਆਂ ਜਥੇਬੰਦੀਆਂ ਨੂੰ ਮੀਟਿੰਗ ਦਿੱਤੀ ਆ ਔਰ ਸਾਰੀਆਂ ਫੈਕਟਰੀਆਂ ਦੀਆਂ ਮੈਨੇਜਮੈਂਟ ਨੂੰ ਬੁਲਾਇਆ। ਜੇ ਉਹਦੇ ਵਿੱਚ ਨਹੀਂ ਕੋਈ ਹੱਲ ਹੁੰਦਾ ਫਿਰ ਅਸੀਂ, ਅੱਜ ਤਾਂ ਅਸੀਂ ਟੋਕਨ ਜਿਹੜੇ ਸਰਫਲੇ ਫਿਲਮ ਸ਼ੁਰੂ ਕੀਤੀ ਆ, ਇਹ ਹਲੇ ਟ੍ਰੇਲਰ ਆ, ਫਿਲਮ ਤਾਂ ਚੱਲਣੀ ਆ, ਜਿੱਦਣ ਫਿਰ ਅਸੀਂ ਆਵਾਂਗੇ ਫਿਰ ਪੂਰਾ ਆਪਣਾ ਲਾਭ ਲਕਸ਼ਣ ਲੈ ਕੇ ਆਵਾਂਗੇ। ਉਧਰ ਇਸ ਧਰਨੇ ਦੀ ਸੂਚਨਾ ਮਿਲਦੇ ਹੀ DSP ਫਿਲੌਰ ਹਰਲੀਨ ਸਿੰਘ ਅਤੇ SHO ਫਿਲੌਰ ਪੁਲਿਸ ਪਾਰਟੀ ਨਾਲ ਮੌਕੇ ਤੇ ਪਹੁੰਚੇ, ਜਿਸ ਤੋਂ ਬਾਅਦ ਕਿਸਾਨ ਆਗੂਆਂ ਦੀ ਇੱਕ ਮੀਟਿੰਗ ਫੈਕਟਰੀ ਦੇ ਮਾਲਕਾਂ ਨਾਲ ਕਰਵਾਈ ਗਈ। ਇਸ ਮੌਕੇ ਗੱਲਬਾਤ ਕਰਦਿਆਂ DSP ਫਿਲੌਰ ਹਰਲੀਨ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ SGM ਦਫ਼ਤਰ ਵਿਖੇ ਦੋਵਾਂ ਧਿਰਾਂ ਦੀ ਮੀਟਿੰਗ ਕਰਵਾਈ ਜਾਵੇਗੀ ਤੇ ਇਸ ਮਸਲੇ ਦਾ ਹੱਲ ਕੱਢ ਦਿੱਤਾ ਜਾਵੇਗਾ। ਇੰਨੀ ਗਰਮੀ ਦੇ ਵਿੱਚ ਜਿੱਥੇ ਤੁਸੀਂ ਬੈਠੇ ਆ, ਮੈਂ ਲਗਭਗ 11 ਵਜੇ ਤੋਂ ਕਦੀ ਤੁਹਾਡੇ ਨਾਲ ਕਦੀ ਉੱਧਰ ਗੱਲ ਕਰਕੇ ਅਸੀਂ ਇੱਕ ਜਿਹੜਾ ਹੈਗਾ ਮਸਲਾ ਜਿਹੜਾ ਹੈਗਾ ਥੋੜ੍ਹਾ ਜਿਹਾ ਨੇੜੇ ਕੀਤਾ ਹੈਗਾ। ਬੁੱਧਵਾਰ ਨੂੰ 11 ਵਜੇ SDM ਸਾਹਿਬ, ਮੈਂ ਅਤੇ ਜਿੱਦਾਂ ਪ੍ਰਧਾਨ ਜੀ ਸਾਰੇ ਰਿਸਪੈਕਟਡ ਪਰਸਨ ਬੈਠੇ ਸੀਗੇ ਬਹਿ ਕੇ, ਇਹ ਪਾਰਲੇ ਜੀ ਅਤੇ ਕ੍ਰਿਮਕਾ ਅਤੇ ਪੈਸੀ, ਇਹਨਾਂ ਤਿੰਨਾਂ ਦੇ ਜਿਹੜੇ ਰਿਪ੍ਰਜੈਂਟੇਟਿਵ ਨੇ, ਹੈੱਡ ਨੇ, ਜਿਹੜਾ ਵੀ ਇਹਨਾਂ ਦਾ ਕੋਈ ਆਪਸ ਵਿੱਚ ਗੱਡੀਆਂ ਦਾ ਹੈਗਾ, ਉਹ ਜਿਹੜਾ ਬੁੱਧਵਾਰ ਨੂੰ SDM ਸਾਹਿਬ ਦੇ ਦਫ਼ਤਰ ਬਹਿ ਕੇ ਇਹ ਜਿਹੜੀਆਂ ਫੈਕਟਰੀਆਂ ਦੇ ਜਿਹੜੇ ਮੈਨੇਜਰ ਉਹ ਵੀ ਉੱਥੇ ਹੋਣਗੇ, ਬਹਿ ਕੇ ਜਿਹੜਾ ਮਸਲਾ ਜਿਹੜਾ ਹੈਗਾ ਉਹ ਹੱਲ ਕੀਤਾ ਜਾਊਗਾ। ਇਸ ਵਿਸ਼ਵਾਸ ਨਾਲ ਮੈਂ ਤੁਹਾਨੂੰ ਇੱਕ ਭਰੋਸਾ ਦਿਵਾਉਣਾ ਕਿ ਤੁਹਾਡਾ ਜਿਹੜਾ ਬੁੱਧਵਾਰ ਨੂੰ ਮਸਲਾ, ਜਿਸ ਤਰ੍ਹਾਂ ਮੇਰੀ SDM ਸਾਹਿਬ ਨਾਲ ਗੱਲ ਹੋਈ, ਉਹ ਵੀ ਆਪਣੇ ਬਹੁਤ ਹੀ ਸਤਿਕਾਰਯੋਗ DC ਸਾਹਿਬ ਦੇ ਨਾਲ ਇਨ ਟੱਚ ਨੇ, ਹਰ ਗੱਲ ਉਹਨਾਂ ਨੂੰ ਦੱਸਦੇ ਨੇ, ਮੈਂ ਆਪਦੇ ਸੀਨੀਅਰ ਅਫਸਰ ਨੂੰ ਦੱਸਦਾ ਅਤੇ ਉਹ ਵੀ ਇਸ ਹੱਕ 'ਚ ਨੇ, ਅਤੇ ਇਹ ਤੁਹਾਡਾ ਜਿਹੜਾ ਮਸਲਾ ਬੁੱਧਵਾਰ ਨੂੰ ਹੱਲ ਹੋ ਜੂਗਾ।